ਫਿਲਮ ਕਿਵੇਂ ਲੱਗੀ? ਬਹੁਤ ਵਧੀਆ ਜੀ। ਵਧੀਆ ਮੂਵੀ ਹੈ ਜੀ, ਪਰਿਵਾਰਕ ਮੂਵੀ ਆ। ਬਹੁਤ ਵਧੀਆ ਲੱਗੀ ਮੈਮ। ਫਿਲਮ ਬਹੁਤ ਵਧੀਆ ਜੀ। ਬਹੁਤ ਅੱਛੀ ਫਿਲਮ ਤੇ ਐਂਡ ਬਹੁਤ ਬੜੀਆ। ਬਹੁਤ ਮੂਵੀ ਬਹੁਤ ਵਧੀਆ ਮੈਮ। ਵਧੀਆ ਲੱਗਿਆ ਜੀ, ਵਧੀਆ, ਸਭ ਕੁਝ ਵਧੀਆ ਲੱਗਿਆ। ਬਹੁਤ ਰੋਲ ਫੈਂਟੈਸਟਿਕ ਰੋਲ ਸੀਗਾ, ਬਹੁਤ ਵਧੀਆ। ਸੁਣਨੀ ਦੀ ਐਕਟਿੰਗ ਬਹੁਤ ਅੱਛੀ ਸੀ। ਫਿਲਮ ਦੇਖ ਕੇ ਬੜਾ ਅੱਛਾ ਇੱਕ ਲੈਸਨ ਦਿੱਤਾ ਹੈ ਅੱਜ ਕੱਲ ਦੀ ਜਨਰੇਸ਼ਨ ਜੋ ਚੱਲ ਰਹਾ। ਬਹੁਤ ਵਧੀਆ ਮੈਸੇਜ ਸੀ। ਅਮੇਜ਼ਿੰਗ ਮੈਸੇਜ ਹੈ। ਦਿਸ ਟਾਈਮ ਬਹੁਤ ਟਾਈਮ ਕੇ ਬਾਅਦ ਐਸੀ ਮੂਵੀ ਆਈ ਹੈ ਔਰ ਬਹੁਤ ਇੰਜੋਏ ਕੀਆ। ਜੋ ਵੀ ਦੇਖੇਗਾ ਵੋ ਇੰਜੋਏ ਕਰੇਗਾ, ਫੁੱਲ ਆਫ ਐਂਟਰਟੇਨਮੈਂਟ। ਸਟਾਰਸ ਕਿੰਨੇ ਦੋਗੇ? 5 ਟੂ 10। 5 ਸਟਾਰ ਮੈਂ। 10 ਆਊਟ 10। 5 ਆਊਟ ਆਫ 5। 5 ਸਟਾਰਸ। सो फाइनली गिप्पी गरेवाल दी मोस्ट अवेटेड फिल्म यार मेरा तितलियां वर्गा, जिसका बेसब्री नाल इंतज़ार किया जा रहा सी, रिलीज़ हो गई है। और इस फिल्म नू लेके फैंस इसलिए एक्साइटेड सन कि हर कोई इस कहानी नाल कनेक्ट करता होया नज़र आ रहा सी कि सोशल मीडिया दे युग दे विच असी रिश्तियां नू लेके जिस तरह दी गलत फहमियां दे विच उलझ गए हाँ, उन्हां दे नाल जिस तरह दी प्रॉब्लम्स क्रिएट हो रही हैं कि सानू इस कहानी दे विच नज़र आवेगा। सो लोगों नाल गलबात करके जानते हैं कि उन्होंने गिप्पी गरेवाल की यह मोस्ट अवेटेड फिल्म नू देख के किस तरह का लगे? फिल्म किवें लगी? बहुत वधिया जी, बहुत वधिया मैसेज सी, बहुत वधिया मैसेज सी जी। ਵਧੀਆ ਮੂਵੀ ਹੈ ਜੀ, ਪਰਿਵਾਰਕ ਮੂਵੀ ਆ। ਸਾਰਿਆਂ ਨੂੰ ਰਿਕੁਐਸਟ ਆ ਵੀ ਦੇਖਣ ਜਾਓ, ਫੈਮਿਲੀ ਦੇ ਨਾਲ ਆਓ, ਬਹੁਤ ਵਧੀਆ ਮੂਵੀ ਹੈ ਜੀ। ਬਹੁਤ ਵਧੀਆ ਲੱਗੀ ਮੈਮ, ਬਹੁਤ ਰੋਲ ਫੈਂਟੈਸਟਿਕ ਰੋਲ ਸੀਗਾ, ਬਹੁਤ ਵਧੀਆ। 5 ਸਟਾਰ ਮੈਮ। ਫਿਲਮ ਬਹੁਤ ਵਧੀਆ ਜੀ। ਪਰ ਮੁੰਡੇ ਕਦੇ ਨਹੀਂ ਮੰਨਦੇ ਦਾ ਅਮੇਜ਼ਿੰਗ ਮੈਸੇਜ ਹੈ। ਠੀਕ ਹੈ, ਮੈਂ ਵੀ ਹੁਣ ਆਡੀਅੰਸ ਚੇਂਜ ਹੋਏ, ਲੈਟਸ ਸੀ। ਸੁਣਨੀ ਦੀ ਐਕਟਿੰਗ ਬਹੁਤ ਅੱਛੀ ਸੀ, ਬਹੁਤ ਜ਼ਿਆਦਾ। ਮੈਂ ਚਾਹੂੰਗੀ ਕਿ ਹਮੇਸ਼ਾ ਜਿਹੜੀਆਂ ਫੀਮੇਲਸ ਹੁੰਦੀਆਂ ਉਹ ਆਪਣੀ ਗਲਤੀ ਮੰਨ ਦਿੰਦੀਆਂ। ਹਾਂਜੀ, ਜੈਂਟਸ ਬਿਲਕੁਲ ਨਹੀਂ ਮੰਨਦੇ, ਬਟ ਬਹੁਤ ਅੱਛੀ ਫਿਲਮ ਤੇ ਐਂਡ ਬਹੁਤ ਬੜੀਆ। ਸਟਾਰਸ ਕਿੰਨੇ ਦੋਗੇ? 5 ਟੂ 10। 5 ਸਟਾਰਸ ਆਬਵੀਅਸਲੀ। ਕੋ ਕੈਸੀ ਲੱਗੀ? ਬਹੁਤ ਅੱਛੀ। ਸਟਾਰਸ 10 ਆਊਟ 10। ਫਿਲਮ ਦੇਖ ਕੇ ਬੜਾ ਅੱਛਾ ਇੱਕ ਲੈਸਨ ਦਿੱਤਾ ਹੈ ਅੱਜ ਕੱਲ ਦੀ ਜਨਰੇਸ਼ਨ ਜੋ ਚੱਲ ਰਹਾ, ਬਹੁਤ ਅੱਛਾ ਲੈਸਨ ਦਿੱਤਾ ਹੈ ਕਿ ਸਾਨੂੰ ਬਹੁਤ ਧਿਆਨ ਨਾਲ ਚੱਲਣਾ ਚਾਹੀਦਾ ਇਸ ਤਰ੍ਹਾਂ, ਮਤਲਬ ਅੱਜ ਕੱਲ ਦੇ ਯੂਥ ਨੂੰ ਸਪੈਸ਼ਲੀ, ਕਿ ਜਿਵੇਂ ਅੱਜ ਕੱਲ੍ਹ ਵਾਈਫ ਹਸਬੈਂਡ 'ਚ ਪਿਆਰ ਖਤਮ ਹੁੰਦਾ ਜਾ ਰਿਹਾ, ਉਸ ਚੀਜ਼ ਨੂੰ ਲੈ ਕੇ ਮੂਵੀ ਉਹਨਾਂ ਨੇ ਕ੍ਰੀਏਟ ਕੀਤੀ ਹੈ। ਬਟ ਦੇਖਣ ਜਾਓ ਸਾਰੇ, ਦੇਖ ਕੇ ਪਤਾ ਚੱਲੇਗਾ। ਇੱਦਾਂ ਦੱਸਣ ਨਾਲ, ਐਕਸਪਲੇਨ ਕਰਨ ਨਾਲ 2-3 ਲਾਈਨਾਂ 'ਚ ਕਵਰ ਨਹੀਂ ਹੋਏਗੀ ਇਹ ਚੀਜ਼। ਬਾਕੀ ਬਹੁਤ ਅੱਛੀ ਮੂਵੀ ਸੀ। ਸੁਪਰਬ ਮੂਵੀ, ਇਟਸ ਅ ਫੈਮਿਲੀ ਮੀਨਿੰਗਫੁਲ ਇੰਟਰਟੇਨਮੈਂਟ। ਰਾਈਟ, ਔਰ ਮੇਲ ਜਲਦੀ ਮਾਨਤੇ ਨਹੀਂ ਹੈ। ਮੈਂ ਤਾਂ ਇਨਕੋ ਵਹਾਂ ਪੇ ਵੀ ਅੰਦਰ ਇਨਕੋ ਪਿੰਚ ਕਰੀ ਜਾ ਰਹੀ, ਦੇਖ ਲਓ। ਸੁਪਰਬ ਮੂਵੀ। 5 ਆਊਟ ਆਫ 5, ਅਗਰ 10 ਮੇ ਸੇ ਪੁੱਛੋ ਤੋ 10 ਆਊਟ ਆਫ 10। ਅੱਜ ਕੱਲ੍ਹ ਐਕਚੁਲੀ ਫੈਮਿਲੀ ਮੂਵੀਜ਼ ਆ ਵੀ ਨਹੀਂ ਰਹੀਆਂ, ਲਾਈਕ ਦਿਸ ਇਜ਼ ਦਾ ਲੇਟੈਸਟ ਮੂਵੀ ਐਟ ਦਿਸ ਟਾਈਮ। ਬਹੁਤ ਟਾਈਮ ਕੇ ਬਾਅਦ ਐਸੀ ਮੂਵੀ ਆਈ ਹੈ ਔਰ ਬਹੁਤ ਇੰਜੋਏ ਕੀਆ। ਜੋ ਵੀ ਦੇਖੇਗਾ ਵੋ ਇੰਜੋਏ ਕਰੇਗਾ, ਫੁੱਲ ਆਫ ਐਂਟਰਟੇਨਮੈਂਟ। ਥੈਂਕ ਯੂ ਮੈਮ, ਬਹੁਤ ਮਸਤ ਸੀ। ਫਿਲਮ ਕਿਵੇਂ ਲੱਗੀ? ਬਹੁਤ ਵਧੀਆ ਮੈਮ। ਮੈਮ ਤੁਸੀਂ ਫਿਲਮ ਦੇਖ ਕੇ ਆਏ ਹੋ, ਯਾਰ ਮੇਰਾ ਤਿਤਲੀਆਂ ਵਰਗਾ ਕਿਵੇਂ? ਵਧੀਆ ਲੱਗਿਆ ਜੀ, ਵਧੀਆ, ਸਭ ਕੁਝ ਵਧੀਆ ਲੱਗਿਆ। ਸੋ ਲੋਕਾਂ ਨੂੰ ਗਿੱਪੀ ਗਰੇਵਾਲ ਦੀ ਇਹ ਮੋਸਟ ਅਵੇਟਡ ਫਿਲਮ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। ਅਕਸਰ ਹੀ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਕੁਝ ਅਜਿਹਾ ਵੱਖਰਾ ਦੇਖਣ ਨੂੰ ਮਿਲਦਾ, ਚਾਹੇ ਉਹ ਫੀਮੇਲ ਓਰੀਐਂਟਡ ਫਿਲਮਾਂ ਕਿਉਂ ਨਾ ਹੋਣ। ਇਸ ਫਿਲਮ ਦੀ ਕਹਾਣੀ ਨੂੰ ਦੇਖਣ ਤੋਂ ਬਾਅਦ ਵੀ ਫੈਨਸ ਦਾ ਕੁਝ ਅਜਿਹਾ ਹੀ ਕਹਿਣਾ ਹੈ ਕਿ ਗਿੱਪੀ ਗਰੇਵਾਲ ਜੋ ਹਮੇਸ਼ਾ ਹੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਸ ਫਿਲਮ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ। ਫਿਲਮ ਐਂਟਰਟੇਨਮੈਂਟ ਭਰਪੂਰ ਹੈ ਲੇਕਿਨ ਇੱਕ ਖੂਬਸੂਰਤ ਸੁਨੇਹਾ ਵੀ ਦੇ ਰਹੀ ਹੈ। ਫੈਨਸ ਨੂੰ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਔਰ ਲੋਕ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਆ ਕਿ ਫੈਮਿਲੀ ਫਿਲਮ ਹੈ, ਉਹਨਾਂ ਨੂੰ ਥੀਏਟਰਸ ਦੇ ਵਿੱਚ ਜਾ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਹਰ ਕੋਈ ਇਸ ਸਟੋਰੀ ਦੇ ਨਾਲ ਕਿਤੇ ਨਾ ਕਿਤੇ ਜ਼ਰੂਰ ਕਨੈਕਟ ਕਰੇਗਾ। ਖੁਦ ਗਿੱਪੀ ਗਰੇਵਾਲ ਔਰ ਉਹਨਾਂ ਦੀ ਪੂਰੀ ਟੀਮ ਦਾ ਇਹ ਕਹਿਣਾ ਸੀ ਕਿ ਇਹ ਕਹਾਣੀ ਹਰ ਕਿਸੇ ਦੇ ਦਿਲ ਨੂੰ ਛੂਏਗੀ।